ਦੋਸਤੋ ਅੱਜ ਫਿਰ ਪ੍ਰੋਗਰਾਮ ਟੌਰ ਪੰਜਾਬੀ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਇੱਕ ਵੱਖਰੀ ਗੱਲਬਾਤ ਵੱਖਰੇ ਵਿਸ਼ੇ ਤੋਂ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਰਹੇ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੋ, 2 ਕੁ ਵਰੇ ਪਹਿਲਾਂ ਪੰਜਾਬੀ ਦੀ ਧਾਰਮਿਕ ਫਿਲਮ ਚਾਰ ਸਾਹਿਬਜ਼ਾਦੇ, ਇਸ ਫਿਲਮ ਨੂੰ ਦੁਨੀਆ ਭਰ ਦੇ ਵਿੱਚ ਬੜਾ ਭਰਮਾ ਹੰਗਾਰਾ ਮਿਲਿਆ। ਸੰਗਤ ਨੇ, ਮੈਂ ਕਹੂੰਗਾ ਦਰਸ਼ਕਾਂ ਨੇ ਨਹੀਂ, ਬੜੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਉਸ ਫਿਲਮ ਨੂੰ ਵੇਖਿਆ ਦੁਨੀਆ ਭਰ ਦੇ ਵਿੱਚ। ਅਤੇ ਬੜੀ ਹੀ ਰੀਝ ਅਤੇ ਬੜੀ ਸ਼ਿੱਦਤ ਸਤਿਕਾਰ ਦੇ ਨਾਲ ਬਵੇਜਾ ਪਰਿਵਾਰ ਨੇ ਇਹ ਫਿਲਮ ਬਣਾਈ ਹੈ। ਸੋ ਅੱਜ ਹਰਮਨ ਬਵੇਜਾ ਸਾਡੇ ਸਟੂਡੀਓ ਦੇ ਵਿੱਚ ਹਾਜ਼ਰ ਨੇ। ਇਸ ਫਿਲਮ ਦਾ ਜੋ ਸੈਕਿੰਡ ਪਾਰਟ ਆ ਰਿਹਾ, ਚਾਰ ਸਾਹਿਬਜ਼ਾਦੇ ਰਾਈਜ਼ ਆਫ ਬੰਦਾ ਸਿੰਘ ਬਹਾਦਰ, ਉਸ ਦੇ ਬਾਬਤ ਗੱਲਬਾਤ ਹੋਵੇਗੀ। ਹਰਮਨ ਜੀ, ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ। ਥੈਂਕ ਯੂ ਸੋ ਮੱਚ। ਹਰਮਨ ਜੀ, ਸਭ ਤੋਂ ਪਹਿਲਾਂ ਸਾਨੂੰ ਸੈਕਿੰਡ ਪਾਰਟ ਬਾਰੇ ਦੱਸੋ। ਹਾਂ, ਆਈ ਥਿੰਕ ਜਿਹੜਾ ਕਿ ਹੁਣ 11 ਨਵੰਬਰ ਨੂੰ ਰਿਲੀਜ਼ ਹੋਣ ਲੱਗੀ ਫਿਲਮ, ਜਿੱਦਾਂ ਹੀ ਪਹਿਲੀ ਪਿਕਚਰ ਰਿਲੀਜ਼ ਹੋਈ, ਬਿਲਕੁਲ ਆਈ ਥਿੰਕ ਉਹਦੀ ਯੂ ਨੋ ਰੱਬ ਦੀ ਮਿਹਰ ਸੀ, ਪਿਕਚਰ ਲੋਕਾਂ ਨੂੰ ਬਹੁਤ ਜ਼ਿਆਦਾ ਬਹੁਤ ਚੰਗੀ ਲੱਗੀ, ਅਤੇ ਇਟ ਵਾਜ਼ ਅ ਗਲੋਬਲ ਸਕਸੈਸ। ਅਤੇ ਯੂ ਨੋ ਆਈ ਥਿੰਕ ਅਸੀਂ ਸਾਰੇ ਬੈਠੇ ਹੋਏ ਸੋਚ ਰਹੇ ਸੀ ਕਿ ਅਗਲੀ ਪਿਕਚਰ ਜਿਹੜੀ ਬਣਾਉਣੀ ਹੈ ਉਹ ਕੀ ਬਣਾਈਏ, ਕਿਉਂਕਿ ਇੱਕ ਤਾਂ ਐਕਸਪੈਕਟੇਸ਼ਨ ਜ਼ਿਆਦਾ ਹਾਈ ਹੋ ਜਾਂਦੀਆਂ ਨੇ, ਯੂ ਹੈਵ ਟੂ ਲਿਵ ਅਪ ਟੂ ਦੈਟ ਆਲਸੋ। ਅਤੇ ਆਈ ਥਿੰਕ ਜਿੰਨਾ ਅਸੀਂ ਹਿਸਟਰੀ ਪੜ੍ਹਿਆ ਯੂ ਨੋ ਪਹਿਲੀ ਪਿਕਚਰ ਦੇ ਦੌਰਾਨ, ਉਸ ਤੋਂ ਕੁਛ 10 ਗੁਣਾ ਜ਼ਿਆਦਾ ਹੁਣ ਇਸ ਵਾਰੀ ਪੜ੍ਹ ਲਈ ਤੀ। ਪੜ੍ਹਦੇ ਪੜ੍ਹਦੇ ਉਹੀ ਸਾਨੂੰ ਫੀਲ ਹੈ ਕਿ ਜਿੱਥੇ ਚਾਰ ਸਾਹਿਬਜ਼ਾਦੇ ਖਤਮ ਹੁੰਦੀ ਸੀ, ਬਿਲਕੁਲ ਉੱਥੋਂ ਹੀ ਬੰਦਾ ਸਿੰਘ ਬਹਾਦੁਰ ਜੀ ਦਾ ਕੈਰੈਕਟਰ ਸ਼ੁਰੂ ਹੁੰਦਾ ਹੈ। ਬਿਲਕੁਲ। ਅਤੇ ਇਟ ਵਾਜ਼ ਅ ਨੈਚੁਰਲ ਸੀਕੁਅਲ, ਉਹ ਕਹਿੰਦੇ ਨੇ ਜਿੱਦਾਂ ਬੰਦੇ ਸੀਕੁਅਲ ਟਾਈਟਲ ਲਈ ਸੀਕੁਅਲ ਬਣ ਜਾਂਦੀਆਂ ਪਿਕਚਰਾਂ, ਇਹ ਇੱਕ ਨੈਚੁਰਲ ਸੀਕੁਅਲ ਸੀ। ਇਸ ਪਿੱਛੇ ਟਾਈਟਲ ਵੀ ਹੈਗਾ ਕਿ ਚਾਰ ਸਾਹਿਬਜ਼ਾਦੇ ਰਾਈਜ਼ ਆਫ ਬੰਦਾ ਸਿੰਘ ਬਹਾਦੁਰ। ਅਤੇ ਕਿੱਥੇ ਨਾ ਕਿੱਥੇ ਆਈ ਥਿੰਕ ਜਿਹੜਾ ਕਿ ਰਾਈਜ਼ ਆਫ ਬੰਦਾ ਸਿੰਘ ਬਹਾਦੁਰ ਹੈਗਾ, ਉਹਦੇ ਪਿੱਛੇ ਦੀ ਸਟੋਰੀ ਪ੍ਰਾਇਮਰੀਲੀ, ਇੱਕ ਤਾਂ ਆਫਕੋਰਸ ਗੁਰੂ ਸਾਹਿਬ ਨੇ ਉਹਨਾਂ ਨੂੰ ਚੁਣਿਆ, ਯੂ ਨੋ ਮਾਧੋ ਦਾਸ ਤੋਂ ਉਹਨਾਂ ਨੂੰ ਯੂ ਨੋ ਬੰਦਾ ਸਿੰਘ ਬਣਾਇਆ। ਅਤੇ ਨਾਲ ਨਾਲ ਜੋ ਪਿਕਚਰ ਤੁਸੀਂ ਦੇਖੋਗੇ, ਜੋ ਸਟੋਰੀ ਚਾਰ ਸਾਹਿਬਜ਼ਾਦੇ ਦੀ ਵਾਪਸ ਸੁਣਨ ਨੂੰ ਮਿਲਦੀ ਹੈ ਇੱਕ ਅਲੱਗ ਤਰੀਕੇ ਨਾਲ, ਯੂ ਨੋ ਕੁਛ ਉਹੋ ਜਿਹੇ ਸੀਨਸ ਹੈਗੇ ਜੋ ਅਸੀਂ ਪਹਿਲੀ ਪਿਕਚਰਸ ਨਹੀਂ ਦੇਖੇ, ਉਹ ਇੰਸਪੀਰੇਸ਼ਨ ਬਣ ਜਾਂਦੇ ਨੇ ਬੰਦਾ ਜੀ ਲਈ, ਯੂ ਨੋ ਟੂ ਗੋ ਐਂਡ ਕੈਪਚਰ ਪੰਜਾਬ ਬੈਕ, ਸਿਰਿੰਦ ਨੂੰ ਵਾਪਸ ਯੂ ਨੋ ਪੰਜਾਬ ਨੂੰ ਵਾਪਸ ਕਰਨ ਲਈ। ਸੋ ਆਈ ਥਿੰਕ ਇਟ ਵਾਜ਼ ਅ ਨੈਚੁਰਲ ਪ੍ਰੋਗਰੈਸ਼ਨ ਇਨਟੂ ਮੇਕਿੰਗ ਦ ਸੈਕਿੰਡ ਪਾਰਟ। ਜਿਵੇਂ ਕਿ ਪਹਿਲਾ ਜਿਹੜਾ ਪਾਰਟ ਸੀ ਜੀ, ਮੈਂ ਥੋੜ੍ਹਾ ਜਿਹਾ ਉਹਦੀ ਵਿਸਥਾਰ 'ਚ ਜਾਣਾ ਚਾਹੁੰਦਾ। ਇੰਨਾ ਵਧੀਆ ਮਤਲਬ ਉਹਦਾ ਹੰਗਾਰਾ ਮਿਲਿਆ, ਮੇਰਾ ਖਿਆਲ ਪੰਜਾਬ ਦੇ ਪਿੰਡਾਂ ਦੇ ਵਿੱਚ, ਗੁਰਦੁਆਰਾ ਸਾਹਿਬਾਂ ਦੇ ਵਿੱਚ ਵੀ ਜਾ ਕੇ ਇਹ ਫਿਲਮ ਦਿਖਾਈ ਗਈ ਆ। ਮੇਰਾ ਖਿਆਲ ਸ਼ਾਇਦ ਨਾਨਕ ਨਾਮ ਜਹਾਜ਼, ਜਿਹੜੀ ਪੰਜਾਬੀ ਦੀ ਬਹੁਤ ਬਿਗ ਹਿੱਟ ਫਿਲਮ ਸੀ, ਸ਼ਾਇਦ ਇਸ ਤਰ੍ਹਾਂ ਉਸ ਫਿਲਮ ਵੇਲੇ ਵੀ ਨਹੀਂ ਹੋਇਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਸਕਰੀਨ ਲਗਾ ਕੇ ਫਿਲਮ ਦਿਖਾਈ ਜਾਵੇ। ਇੰਨਾ ਸਤਿਕਾਰ ਮਤਲਬ ਕਮਿਊਨਿਟੀ ਵੱਲੋਂ ਮਿਲਿਆ, ਇੰਨਾ ਭਰਮਾ ਹੰਗਾਰਾ ਮਿਲਿਆ, ਕੀ ਕਹੋਗੇ ਇਹਦੇ ਬਾਰੇ? ਇਹ ਬਹੁਤ ਜ਼ਰੂਰੀ ਬਣਦਾ। ਆਈ ਥਿੰਕ ਜਿਸ ਦੇ ਤੁਸੀਂ ਕਹੀ ਜਾਂਦੇ ਸੀ, ਅੰਦਰ ਮੈਂ ਜੈਕਟ ਪਹਿਨੀ ਦਿਸ ਨਹੀਂ ਰਹਿੰਦਾ, ਰੋਂਟੇ ਖੜੇ ਹੋ ਜਾਂਦੇ ਸੋਚ ਕੇ। ਆਈ ਥਿੰਕ ਇਹ ਓਨੈਸਟਲੀ ਇਹ ਰੱਬ ਦੀ ਮਿਹਰ ਹੈ ਕਿ ਯੂ ਨੋ ਆਈ ਥਿੰਕ ਸਾਡੇ ਪਰਿਵਾਰ ਨੂੰ ਇਹ ਮੌਕਾ ਮਿਲਿਆ, ਇਹ ਥੋਟ ਵੀ ਆਇਆ ਅਤੇ ਅਸੀਂ ਬਣਾ ਵੀ ਦਿੱਤੀ, ਔਰ ਯੂ ਨੋ ਜੋ ਵੀ ਹੋਇਆ ਮਤਲਬ ਰੱਬ ਦੀ ਮਿਹਰ ਕਿ ਸਾਨੂੰ ਮੌਕਾ ਮਿਲਿਆ ਇਹੋ ਜਿਹੀ ਫਿਲਮ ਬਣਾਉਣ ਦਾ ਔਰ ਯੂ ਨੋ ਸਾਰਿਆਂ ਤੱਕ ਪਹੁੰਚਾਉਣ ਦਾ। ਬਟ ਮੈਂ ਜਿੱਦਾਂ ਹਮੇਸ਼ਾ ਕਹਿੰਦਾ, ਔਰ ਯੂ ਨੋ ਪਾਪਾ ਵੀ ਹਮੇਸ਼ਾ ਕਹਿੰਦੇ ਨੇ ਕਿ ਇਹ ਫਿਲਮ ਬਣ ਗਈ ਬਸ, ਯੂ ਨੋ ਇਹਦੇ 'ਚ ਕੁਛ ਹੋਰ ਹੈਗਾ ਨਹੀਂ। ਇਹਦੇ 'ਚ ਇਕਨੋਮਿਕਲੀ ਜੇ ਆਪਾਂ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਬੈਠੇ ਹੋਈਏ, ਚਾਰ ਸਾਹਿਬਜ਼ਾਦੇ ਤੋਂ ਪਹਿਲਾਂ ਕੋਈ ਬੰਦਾ ਇਕਨੋਮਿਕਸ ਦੇਖੇ ਜਾਂ ਕਾਮਰਸ ਸਟੱਡੀ ਕਰੇ ਤਾਂ ਕਹੇਗਾ ਇਹ ਫਿਲਮ ਵਾਇਬਲ ਹੀ ਨਹੀਂ, ਇਹਨੂੰ ਬਣਾਉਣੀ ਹੀ ਨਹੀਂ ਚਾਹੀਦੀ। ਉਹੀ ਹੁੰਦਾ ਕਦੀ ਕਦੀ ਕੁਛ ਕਰਿਸ਼ਮੇ ਹੁੰਦੇ ਨੇ ਜਿਹੜਾ ਰੱਬ ਕਰਦਾ ਹੈ, ਉੱਥੇ ਸਾਡੇ ਯੂ ਨੋ ਵੇਅਰ ਜਸਟ ਪੈਸੇਜ ਐਸ ਸੱਚ। ਸੋ ਆਈ ਥਿੰਕ ਇਟ ਫੀਲਸ ਵੈਰੀ ਗੁੱਡ, ਬਟ ਜਿੰਨਾ ਨਾਲ ਨਾਲ ਆਈ ਵੁੱਡ ਸੀ ਜਿੰਨੀ ਚੰਗੀ ਫੀਲਿੰਗ ਆਉਂਦੀ ਹੈ ਉਨਾ ਪ੍ਰੈਸ਼ਰ ਵੀ ਫੀਲ ਕਰੀਦਾ ਹੁੰਦਾ, ਕਿਉਂਕਿ ਫਿਰ ਉਸ ਹਿਸਾਬ ਨਾਲ ਐਕਸਪੈਕਟੇਸ਼ਨ ਵੱਧ ਜਾਂਦੀਆਂ ਨੇ ਲੋਕਾਂ ਦੀਆਂ। ਸੋ ਵੀ ਵਰਕਡ ਰੀਲੀ ਹਾਰਡ ਔਨ ਦਿਸ ਵਨ। ਆਈ ਥਿੰਕ ਯੂ ਨੋ ਭਾਵੇਂ ਪਿਛਲੀ ਪਿਕਚਰ 'ਚ ਸਾਨੂੰ 4-5 ਸਾਲ ਲੱਗੇ ਬਣਾਉਣ ਲਈ, ਇਸ ਪਿਕਚਰ 'ਚ ਸਾਨੂੰ 2 ਸਾਲ ਲੱਗੇ, ਪਰ ਆਈ ਥਿੰਕ 2 ਸਾਲ 'ਚ ਅਸੀਂ ਘੱਟ ਤੋਂ ਘੱਟ ਨਹੀਂ 5 ਗੁਣਾ ਜ਼ਿਆਦਾ ਕੰਮ ਕੀਤਾ ਹੋਣਾ ਟੂ ਮੇਕ ਸ਼ੋਰ ਦੈਟ ਵੀ ਡਿਲੀਵਰ ਅ ਗੁੱਡ ਪ੍ਰੋਡਕਟ ਅਗੇਨ। ਮੈਂ ਯੂਟਿਊਬ ਵਗੈਰਾ 'ਤੇ ਦੇਖਿਆ ਜਿਵੇਂ ਕਿ ਬੰਬਈ ਫਿਲਮੀ ਨਗਰੀ ਦੇ ਵਿੱਚ ਤੁਹਾਡੀ ਪੂਰੀ ਧਾਕ ਹੈ, ਪਿਛਲੇ ਕਾਫੀ ਸਮੇਂ ਤੋਂ ਤੁਹਾਡੇ ਡੈਡੀ ਮਾਤਾ ਜੀ ਤੁਸੀਂ ਆਪ ਉੱਥੇ ਹੋ, ਅਤੇ ਬਹੁਤ ਸਾਰੇ ਐਕਟਰਾਂ ਨੇ ਵੀ ਇਸ ਫਿਲਮ ਬਾਰੇ ਵਧੀਆ ਬੋਲੇ ਆਣ ਕੇ। ਇਸ ਬਾਰੇ ਦਾ ਪ੍ਰੀਮੀਅਰ ਹੋ ਚੁੱਕਾ ਬੰਬੇ ਦੇ ਵਿੱਚ? ਪ੍ਰੀਮੀਅਰ ਤਾਂ ਥਰਸਡੇ ਰਾਤ ਹੀ ਹੋਏਗਾ, ਅਤੇ ਅਸੀਂ 2 ਥਾਂ 'ਤੇ ਪ੍ਰੀਮੀਅਰ ਕਰ ਰਹੇ, ਇੱਕ ਦਿੱਲੀ, ਇੱਕ ਇੱਥੇ ਟੋਰੋਂਟੋ 'ਚ ਹੈਗਾ। ਆਈ ਥਿੰਕ ਜਿਹੜਾ ਦਿੱਲੀ ਵਾਲਾ ਪ੍ਰੀਮੀਅਰ ਹੈ ਉਹ ਆਈ ਮਸਟ ਟੋਕ ਅਬਾਊਟ ਇਟ ਬਿਕੋਜ਼ ਆਈ ਐਮ ਵੈਰੀ ਪ੍ਰਾਊਡ ਆਫ ਇਟ। ਯੂ ਨੋ ਜਦ ਸਾਡੀ ਮਾਰਕੀਟਿੰਗ ਟੀਮ ਸੀ, ਈਰੋਸ ਸਾਡੇ ਨਾਲ ਸੀ, ਉਹਨਾਂ ਨੇ ਡਿਸਕਸ਼ਨ ਕੀਤਾ ਕਿ ਯਾਰ ਯੂ ਨੋ ਅਸੀਂ ਪ੍ਰੀਮੀਅਰ ਕਰ ਰਹੇ ਹਾਂ ਅਤੇ ਵੀ ਸ਼ੁੱਡ ਕਾਲ ਕਪਲ ਆਫ ਐਕਟਰਸ ਐਂਡ ਸਟੱਫ ਲਾਈਕ ਦੈਟ। ਸੋ ਸਾਡਾ ਮਾਇੰਡ ਸੈਟ ਇਹੀ ਸੀ ਕਿ ਯਾਰ ਐਕਟਰ ਯੂ ਨੋ ਫਿਲਮ ਸਟਾਰਸ ਦੇ ਅਸੀਂ ਬੁਲਾਉਂਦੇ ਰਹਿੰਦੇ ਹਾਂ, ਯੂ ਨੋ ਸਾਡਾ ਇਹ ਮਾਨਣਾ ਸੀ ਕਿ ਬੰਦਾ ਸਿੰਘ ਬਹਾਦੁਰ ਇਜ਼ ਆਰ ਸਟਾਰ, ਦੇਰ ਇਜ਼ ਨੋ ਵਨ ਬਿਗਰ ਦੈਨ ਹਿਮ ਫੋਰ ਅਸ, ਯੂ ਨੋ ਐਂਡ ਅਤੇ ਅਸੀਂ ਕੁਛ ਦੇਰ ਅਬਾਊਟ 25 ਆਰਮੀ ਪੀਪਲ ਜਿਹੜੇ ਕਿ ਬਰੇਵਰੀ ਅਵਾਰਡਸ ਜਾਂ ਗੈਲੰਟਰੀ ਅਵਾਰਡਸ ਜਿਹਨਾਂ ਨੂੰ ਮਿਲੇ ਨੇ
from the Indian government in the last 30 years, all 40 years in fact, all the way from the China war. They are all coming to Delhi, and we are honoring them. Because Banda Singh ji was also somewhere a general himself. You know, he was a commander in chief. They were on a guerrilla warfare kita, you know, pura Punjab wapas litta. I think we decided to do a premiere little different this time rather than doing the typical premiere jithe tuhade sare dost actor vector aunde ne photo photo khichde ne. So I think the attempt is to keep the film honest to what it really means. ਇੱਕ ਮੈਂ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਨ ਲੱਗਾ ਜੀ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਜਿਹੜੀਆਂ 12 ਨਾ ਵੀਰ ਰਸ 12, ਜਿਵੇਂ ਅਗਰ ਤੁਹਾਨੂੰ ਥੋੜ੍ਹਾ ਬਹੁਤਾ ਜਾਣਕਾਰੀ ਹੋਵੇ, ਜਿਹੜੇ ਢਾਡੀ ਗਾਉਂਦੇ ਨਾ ਗੁਰਦੁਆਰਾ ਸਾਹਿਬ ਦੇ ਵਿੱਚ, ਬਾਰ ਬਾਬਾ ਬੰਦਾ ਸਿੰਘ ਬਹਾਦਰ ਬਹੁਤ ਮਸ਼ਹੂਰ ਹੋਈ ਆ ਪੰਜਾਬ ਦੇ ਗਾਇਕ ਸਵਰਗਵਾਸੀ ਕੁਲਦੀਪ ਮਾਣਕੋਰਾ ਨੇ ਬੜੀ ਬੁਲੰਦ ਆਵਾਜ਼ ਦੇ ਵਿੱਚ ਗਾਈ ਸੀ। ਇਸ ਦੇ ਵਿੱਚ ਮਿਊਜ਼ਿਕ ਕਿਹੋ ਜਿਹਾ, ਕਿਉਂਕਿ ਬੰਦਾ ਸਿੰਘ ਬਹਾਦਰ ਜੀ ਦੇ ਉੱਤੇ ਫਿਲਮ ਹੈ ਅਤੇ ਇਹਦੇ ਵਿੱਚ ਵੀ ਜੋਸ਼ੀਲੀਆਂ 12 ਜਾਂ 12 ਨਹੀਂ ਆਪਾਂ ਗੀਤ ਗਾਵਾਂਗੇ, ਗੀਤ ਹੈ ਕਿਹੜੇ ਕਿਹੜੇ ਆਰਟਿਸਟਾਂ ਦੇ? ਆਈ ਥਿੰਕ ਗੀਤ ਇੱਕ ਮੇਰਾ ਜਿਹੜਾ ਕਿ ਫੇਵਰੇਟ ਗਾਣਾ ਇਸ ਪਿਕਚਰ ਦਾ ਉਹ ਬੰਦਾ ਸਿੰਘ ਜੀ ਦਾ ਆਪਾਂ ਮਤਲਬ ਜਿੱਦਾਂ ਟਾਈਟਲ ਸੌਂਗ ਆਖੀਦਾ ਹੁੰਦਾ, ਬੰਦੇ ਦਾ ਖੰਡਾ ਖੜਕੂਗਾ, ਤੁਸੀਂ ਸੁਣਿਆ? ਹਾਂਜੀ, ਉਹ ਸੁਖਵਿੰਦਰ ਸੁਖਵਿੰਦਰ ਭਾਅ ਜੀ ਨੇ ਗਾਇਆ, ਐਂਡ ਉਹ ਗਾਣਾ ਉਹ ਜਾਇਆ ਕਿ ਮੈਂ ਉਹਨੂੰ ਸੁਣ ਕੇ ਬਿਲਕੁਲ ਨਾ ਇੱਕ ਐਨਰਜੀ ਆਉਂਦੀ ਹੈ, ਇੱਕ ਜਨੂੰਨ ਟਾਈਪ ਫੀਲਿੰਗ ਆਉਂਦੀ ਹੈ, ਅਤੇ ਉਹ ਫਿਲਮ 'ਚ ਵੀ ਆਉਂਦਾ ਬੜੇ ਬਿਊਟੀਫੁਲੀ। ਜਦੋਂ ਵੀ ਤੁਸੀਂ ਫਿਲਮ ਦੇਖੋਗੇ, ਜਦੋਂ ਵੀ ਬੰਦਾ ਸਿੰਘ ਜੀ ਗੋਸ ਫੋਰ ਵਾਰ, ਜਦੋਂ ਵੀ ਅਟੈਕ ਕਰਦੇ ਨੇ ਆਪਣੀ ਆਰਮੀ ਨੂੰ ਚਾਰਜ ਕਰਦੇ ਨੇ, ਚਾਹੇ ਕਿੰਨੀ ਵੀ ਛੋਟੀ ਜਿਹੀ ਆਰਮੀ ਸੀ ਸਾਡੀ ਮੁਗਲਾਂ ਦੇ ਸਾਹਮਣੇ ਤਾਂ ਬੜੀ ਛੋਟੀ ਸੀ, ਇਹੀ ਗਾਣਾ ਪਿੱਛੇ ਵੱਜਦਾ ਹੈ ਤਾਂ ਉਹ ਪੂਰਾ ਮਤਲਬ ਸੁਣ ਕੇ ਇਹੋ ਜਿਹਾ ਜੋਸ਼ ਆ ਜਾਂਦਾ ਹੈ। ਅਤੇ ਨਾਲ ਡੂਰਨ ਸਿਸਟਰਸ ਨੇ ਗਾਣਾ ਗਾਇਆ, ਰਬੀ ਸ਼ੇਰਗਿੱਲ, ਅਫਕੋਰਸ ਅਮਰਿੰਦਰ ਗਿੱਲ, ਦਿਲਜੀਤ ਦੋਸਾਂਝ। ਸੋ ਆਈ ਥਿੰਕ ਦੀ ਇੰਟਾਇਰ ਇੰਡਸਟਰੀ ਸਪੋਰਟਡ ਅਸ, ਸਾਰੇ ਆਏ ਅੱਗੇ, ਆਪ ਉਹਨਾਂ ਨੇ ਫੋਨ ਕੀਤਾ ਕਿ ਸਾਨੂੰ ਮੈਨੂੰ ਮੌਕਾ ਦਿਉ ਇੱਕ ਗਾਣਾ ਗਾਉਣ ਦਾ, ਐਂਡ ਇਟਸ ਅ ਗੁੱਡ ਫੀਲਿੰਗ ਕਿ ਇੰਨੇ ਵੱਡੇ ਵੱਡੇ ਸਟਾਰ ਹੈਗੇ, ਇੰਨੇ ਵੱਡੇ ਵੱਡੇ ਸਿੰਗਰਸ ਹੈਗੇ, ਬਟ ਦਿਸ ਇਜ਼ ਆਈ ਥਿੰਕ ਦੇ ਆਰ ਵੇ ਆਫ ਸ਼ੋਇੰਗ ਰਿਸਪੈਕਟ ਟੂ ਆਰ ਰਿਲੀਜਨ ਐਂਡ ਆਰ ਕਲਚਰ। ਆਈ ਥਿੰਕ ਇਟਸ ਵੈਰੀ ਸਵੀਟ ਐਂਡ ਓਨਰੇਬਲ ਔਨ ਦੇਅਰ ਪਾਰਟ। ਪਹਿਲੀ ਫਿਲਮ ਤੋਂ ਬਹੁਤ ਵਧੀਆ ਮੈਸੇਜ ਗਿਆ ਜੀ, ਜਦੋਂ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਗਿਆ, ਮੈਂ ਕਿਹਾ ਇਹ ਫਿਲਮ ਬਹੁਤ ਵਧੀਆ ਬਣੀ ਆ, ਉਦੋਂ ਵੀ ਮੈਂ ਤੁਹਾਡੇ ਨਾਲ ਇਸ ਤਰ੍ਹਾਂ ਇੰਟਰਵਿਊ ਕੀਤੀ ਜੀ ਅਤੇ ਉਸ ਫਿਲਮ ਬਾਰੇ ਆਪਾਂ ਨੂੰ ਕੁਛ ਨਹੀਂ ਸੀ ਪਤਾ ਜੀ, ਅਤੇ ਵਾਕਈ ਤਕਰੀਬਨ ਦੁਨੀਆ ਭਰ ਦੇ ਵਿੱਚ ਬੱਚਿਆਂ ਨੇ ਦੇਖੀ, ਖਾਸ ਕਰਕੇ ਕੈਨੇਡਾ ਅਮੈਰੀਕਾ ਦੇ ਵਿੱਚ ਜਿਹੜੇ ਬੱਚੇ ਇੰਨੀ ਹਿਸਟਰੀ ਤੋਂ ਵਾਕਫ ਨਹੀਂ ਹੈਗੇ, ਦੱਸਣ 'ਤੇ ਕਈ ਵਾਰੀ ਉਹਨਾਂ ਨੂੰ ਔਖਾ ਲੱਗਦਾ, ਪਰ ਜਦੋਂ ਦੇਖਦੇ ਆ ਫਿਰ ਬਹੁਤ ਛੇਤੀ ਉਹਨੂੰ ਸਮਝ ਆਉਂਦੀ ਆ। ਉਹਨਾਂ ਨੂੰ ਫਿਲਮ ਬਹੁਤ ਪਸੰਦ ਸੀ, ਜਿੰਨੇ ਵੀ ਤੁਸੀਂ ਉਹਦੇ ਵਿੱਚ ਐਕਸ਼ਨ ਫਿਲਮਾਏ ਸੀਗੇ ਜਾਂ ਜੋ ਵੀ ਇਫੈਕਟ, ਮੈਨੂੰ ਇੰਨੀ ਫਿਲਮੀ ਲੈਂਗੁਏਜ ਨਹੀਂ ਆਉਂਦੀ, ਜੋ ਵੀ ਤੁਸੀਂ ਉਹਦੇ ਵਿੱਚ ਪੇਸ਼ ਕੀਤਾ ਸੀ ਨਾ, ਕਰੈਕਟ, ਅਤੇ ਬਹੁਤ ਵਧੀਆ ਸੀਗਾ। ਇਸ ਫਿਲਮ ਦੇ ਵਿੱਚ ਉਸ ਤੋਂ ਜ਼ਿਆਦਾ ਜਾਂ ਘੱਟ ਤਾਂ ਨਹੀਂ ਕਿਤੇ? ਨਹੀਂ, ਘੱਟ ਤਾਂ ਬਿਲਕੁਲ ਨਹੀਂ। ਇਸ ਫਿਲਮ ਅਸੀਂ ਆਪਣੀ ਤਰਫੋਂ ਇਹੀ ਕੋਸ਼ਿਸ਼ ਕੀਤੀ ਹੈ ਕਿ ਸਭ ਕੁਝ ਜ਼ਿਆਦਾ ਹੋਏ, ਪਰ ਸਭ ਤੋਂ ਜ਼ਿਆਦਾ ਆਈ ਥਿੰਕ ਇੰਪੋਰਟੈਂਟ ਆ ਕਿ ਜਿਹੜੀ ਸਟੋਰੀ ਹੈ। ਲਾਸਟ ਟਾਈਮ ਵੀ ਇਫੈਕਟਸ ਇੱਕ ਤਰਫ ਨੇ, ਐਕਸ਼ਨ ਇੱਕ ਤਰਫ ਹੈ, ਟੈਕਨੀਕਲ ਐਸਪੈਕਟਸ ਆਫ ਅ ਫਿਲਮ ਮੇਰੇ ਹਿਸਾਬ ਨਾਲ ਉਹ ਇੱਕ ਤਰਫ ਹੁੰਦੇ ਨੇ ਸਾਰੇ, ਅਤੇ ਜਿਹੜੀ ਕਹਾਣੀ ਹੁੰਦੀ ਹੈ, ਜਿਹੜੀ ਸਟੋਰੀ ਹੁੰਦੀ ਹੈ, ਕਿੱਦਾਂ ਉਸ ਸਟੋਰੀ ਨੂੰ ਪਰੋਇਆ ਜਾਂਦਾ ਹੈ ਹਿਸਟਰੀ ਦੇ ਨਾਲ, ਕਿਉਂਕਿ ਹਿਸਟਰੀ ਜਿਹੜੀ ਹੈ ਉਹ ਇਟ ਸੈਂਸਿਟਿਵ ਮੈਟਰ ਹੈਗਾ, ਅਤੇ ਉਹਨਾਂ ਮੇਕ ਸ਼ੋਰ ਦੈਟ ਹਿਸਟਰੀ ਇਜ਼ ਐਕੂਰੇਟ। ਅਤੇ ਅਸੀਂ ਉਹੀ ਬੈਲੈਂਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਤੇ ਵੀ ਹਿਸਟਰੀ ਆਪਾਂ ਸੈਕਰੀਫਾਈਜ਼ ਨਾ ਕਰੀਏ, ਜੋ ਹਿਸਟਰੀ 'ਚ ਲਿਖਿਆ ਉਹੀ ਹੋਣਾ ਚਾਹੀਦਾ, ਪਰ ਨਾਲ ਕੀਪ ਇਟ ਇੰਟਰਟੇਨਿੰਗ, ਕੀਪ ਇਟ ਇੰਗੇਜਿੰਗ, ਤਾਂ ਕਿ ਬੱਚਿਆਂ ਨੂੰ ਵੀ ਪਸੰਦ ਆਏ ਅਤੇ ਸਾਡੀ ਦਾਦੀਆਂ ਅਤੇ ਨਾਨੀਆਂ ਨੂੰ ਵੀ ਪਸੰਦ ਆਏ ਅਤੇ ਸਾਨੂੰ ਵੀ ਪਸੰਦ ਆਏ। ਇਹ ਦੱਸੋ ਜੀ, ਜਿਵੇਂ ਕਿ ਜ਼ਿਆਦਾ ਅਗਰ ਅਸੀਂ ਹੋਰ ਦੁਨਿਆਵੀ ਫਿਲਮਾਂ ਦੀ ਜਦੋਂ ਗੱਲ ਕਰਦੇ ਨਾ, ਮੈਂ ਪੁੱਛਦਾ ਹੁੰਦਾ ਸੀਨ ਕਿਹੜਾ ਵਧੀਆ ਸੀ ਜਾਂ ਡਾਇਲੋਗ ਕਿਹੜਾ ਵਧੀਆ ਸੀ ਇਸ ਫਿਲਮ ਦੇ ਵਿੱਚ, ਕਿਉਂਕਿ 3D ਫਿਲਮ ਹੈ ਅਤੇ ਇਹਦੇ ਵਿੱਚ ਐਕਸ਼ਨ ਕਿਹੜਾ ਵਧੀਆ ਫਿਲਮਾਇਆ ਹੋ ਗਿਆ ਜਿਹੜਾ ਤੁਹਾਨੂੰ ਕੋਈ ਯਾਦ ਹੈ, ਜਿਹੜਾ ਨਿਕਲਿਆ ਜਾਂ ਬਾਬਾ ਬੰਦਾ ਸਿੰਘ ਜੀ ਨੇ ਜਦੋਂ ਤੇਗ ਖਿੱਚੀ ਅਤੇ ਫਿਰ ਲਿਸ਼ਕ ਜੀ ਮਈ, ਕੋਈ ਇਹੋ ਜਿਹਾ ਯਾਦ ਹੈ ਤੁਹਾਨੂੰ? ਮਤਲਬ ਆਈ ਵੁੱਡ ਸੇ ਐਕਸ਼ਨ 'ਚ ਤਾਂ ਕਾਫੀ ਸਾਰੇ ਸੀਨ ਨੇ ਜਿਹੜੇ ਤੁਸੀਂ ਦੇਖੋਗੇ 3D, ਤੁਹਾਨੂੰ ਐਕਚੁਅਲੀ ਦੇਖਣ 'ਚ ਬੜਾ ਮਜ਼ਾ ਆਊਗਾ, ਕਿਉਂਕਿ 3D ਇਜ਼ ਡਨ ਰੀਲੀ ਵੈਲ। ਇਸ ਵਾਰੀ ਅਸੀਂ ਇੱਕ ਲੰਡਨ ਦਾ ਸਟੂਡੀਓ ਉਹਨੂੰ ਲਿੱਤਾ ਔਨ ਬੋਰਡ, 400 ਤੋਂ ਉੱਤੇ ਬੰਦੇ ਹੈਗੇ ਜਿਨ੍ਹਾਂ ਨੇ ਇਸ ਪਿਕਚਰ 'ਤੇ ਕੰਮ ਕੀਤਾ ਐਨੀਮੇਸ਼ਨ ਦੇ ਵਿੱਚ, ਅਤੇ ਪੂਰੀ ਟੀਮ ਸਾਡੀ ਲੰਡਨ 'ਚ ਬੈਠੀ ਸੀ, ਅੱਧੀ ਟੀਮ ਸਾਡੀ ਇੰਡੀਆ 'ਚ ਬੈਠੀ ਸੀ, ਅਤੇ ਅਸੀਂ ਮਤਲਬ ਜਿੰਨਾ ਅਸੀਂ ਆਪਣੇ ਆਪ ਨੂੰ ਫੈਲਾ ਸਕਦੇ ਹਾਂ ਇਸ ਪਿਕਚਰ 'ਚ ਅਸੀਂ ਫੈਲਾਇਆ। ਅਤੇ ਆਈ ਥਿੰਕ ਡੈਫੀਨਿਟਲੀ ਦੀ ਐਨੀਮੇਸ਼ਨ ਇਜ਼ ਬੈਟਰ, ਦੀ ਇਫੈਕਟਸ ਆਰ ਮੋਰ ਐਕਸਾਈਟਿੰਗ, ਐਂਡ ਹੈ ਬੜੇ ਸਾਰੇ ਸੀਨ ਨੇ, ਤੁਸੀਂ ਦੇਖੋ ਫਿਰ ਤੁਹਾਨੂੰ। ਜੀ ਜੀ, ਮੈਂ ਦੇਖੂੰਗਾ ਜੀ। ਬਾਕੀ ਇੱਕ ਵਾਰੀ ਦੱਸ ਦਿਓ ਜੀ, ਫਿਲਮ ਕਿੱਥੇ ਕਿੱਥੇ ਲੱਗ ਰਹੀ ਆ ਕੈਨੇਡਾ ਭਰ ਦੇ ਵਿੱਚ, ਦੁਨੀਆ ਭਰ ਦੇ ਵਿੱਚ ਸਾਰਾ? ਜੀ, ਆਈ ਥਿੰਕ ਇੱਕ ਇੱਕ ਥੀਏਟਰ ਦਾ ਨਾਂ ਨਹੀਂ ਲੈਂਦਾ, ਪਰ ਜਿੱਥੇ ਜਿੱਥੇ ਪਿਕਚਰ ਲਾਸਟ ਟਾਈਮ ਲੱਗੀ ਸੀ, ਭਾਵੇਂ ਪਹਿਲੇ ਹਫ਼ਤੇ, ਦੂਜੇ ਹਫ਼ਤੇ, ਤੀਜੇ ਹਫ਼ਤੇ, ਕਿੱਥੇ ਕਿੱਥੇ ਪੰਜਵੇਂ ਜਾਂ ਛੇਵੇਂ ਹਫ਼ਤੇ ਜਾ ਕੇ ਲੱਗੀ ਸੀ, ਉਹ ਸਾਰੇ ਥਾਂ 'ਤੇ ਫਸਟ ਵੀਕ ਅਸੀਂ ਲਾ ਰਹੇ ਹਾਂ ਇਸ ਵਾਰੀ। ਹੁਣ ਮੇਕ ਸ਼ੋਰ ਕਿ ਕਾਫੀ ਲਾਸਟ ਟਾਈਮ ਬੜਾ ਹੋਇਆ ਸੀ, ਕਾਫੀ ਫੋਨ ਆਉਂਦੇ ਸੀ, ਕਾਫੀ ਲੋਕ ਕਹਿੰਦੇ ਸੀ ਕਿ ਸਾਡੇ ਪਿੰਡ 'ਚ ਨਹੀਂ ਆਈ ਆ, ਇੱਥੇ ਨਹੀਂ ਰਿਲੀਜ਼ ਹੋਈ, ਹਾਲੇ ਤੱਕ ਇੱਥੇ ਨਹੀਂ ਆਇਆ, ਤੀਜੇ ਹਫ਼ਤੇ 'ਚ ਇੱਕ ਸ਼ੋਅ ਮਿਲਿਆ ਸਾਨੂੰ। ਅਤੇ ਇਸ ਵਾਰੀ ਸਾਡਾ ਮਾਰਕੀਟਿੰਗ ਦਾ ਆਈ ਸੀ ਕਿ ਡਿਸਟ੍ਰੀਬਿਊਸ਼ਨ ਸ਼ੁੱਡ ਬੀ ਵੈਰੀ ਸਟਰੋਂਗ, ਤਾਂ ਕਿ ਸਾਰੇ ਬੰਦੇ ਨੂੰ ਜਿਨ੍ਹਾਂ ਨੂੰ ਪਿਕਚਰ ਦੇਖਣੀ ਹੈ ਉਹਨਾਂ ਨੂੰ ਦੇਖਣ ਮਿਲ ਜਾਏ ਪਹਿਲੇ ਹਫ਼ਤੇ 'ਚ।
ਤਾਂ ਕਿ ਅਸੀਂ ਫਿਰ ਦੂਜੇ ਤੀਜੇ ਹਫ਼ਤੇ 'ਚ ਜੇ ਯੂਨੋ ਵਾਹਿਗੁਰੂ ਦੀ ਮਿਹਰ ਹੋ ਪਿਕਚਰ ਚੰਗੀ ਲੱਗੇ ਲੋਕਾਂ ਨੂੰ ਅਤੇ ਵੀ ਕਹਿੰਦੇ ਨੇ ਟੇਕ ਇਟ ਟੂ ਮੋਰ ਸੈਂਟਰਸ ਦੈਨ ਲਾਸਟ ਟਾਈਮ। ਜੀ ਮੈਨੂੰ ਲੱਗਦਾ ਜੀ ਮਹਾਰਾਜ ਦੀ ਪੂਰੀ ਕਿਰਪਾ ਹੋਏਗੀ ਪਿਛਲੀ ਵਾਰ ਦੀ ਤਾਂ ਇਸ ਵਾਰ ਵੀ। ਸਾਡੀਆਂ ਸਾਡੇ ਪ੍ਰੋਗਰਾਮ ਦੀਆਂ ਸਾਡੇ ਪੂਰੇ ਕਰੂ ਦੀਆਂ ਸ਼ੁਭਕਾਮਨਾਵਾਂ। ਥੈਂਕ ਯੂ ਸੋ ਮਚ, ਸਤਿ ਸ਼੍ਰੀ ਅਕਾਲ।